काफ़ी आए हैं कि लोन ऐप क्या चीज़ है और इसको कैसे इस्तेमाल किया जाए पंजाबी दसना थे लोन ऐप क्या चीज़ है किस तरह तु इस्तेमाल करो ਇਨ ਇਸਤੇਮਾਲ ਕਰਕੇ ਫਾਇਦਾ ਕਿਸ ਤਰ੍ਹਾਂ ਚੁੱਕ ਸਕਨੇ ਹੋ ਲੋਨ ਦਾ ਮਤਲਬ ਤੁਸੀਂ ਮਤਲਬ ਇਹਨਾਂ ਕਰੋ ਮਜਬੂਰੀ ਪੇ ਆਪਣੇ ਪੈਸੇ ਵਗੈਰਾ ਲੈ ਸਕਨੇ ਹੋ ਪਰ ਇਹ ਸੂਤ ਕਾਫੀ ਖੰਦਨ ਕਿਉਂਕਿ ਇੱਕ ਹੋਰ ਤਰ੍ਹਾਂ ਦੀ ਮਜ਼ਦਦ ਗੱਲ ਦੱਸ ਜੇ ਐਫ ਆਈ ਆਰ ਇਹ ਤੋਂ ਨਾ ਰਜਿਸਟਰ ਵਗੈਰਾ ਕੋਈ ਨਹੀਂ ਆਪਣਾ ਫਾਇਦਾ ਚੁੱਕੋ ਲੋਨ ਵਗੈਰਾ ਸਿਰਫ ਇਹ ਕਰ ਕੀ ਸਕਦੇ ਤੁਹਾਨੂੰ ਬਲੈਕਮੇਲ ਕਾਲ ਕਰਕੇ ਜਿਹੜੇ ਤੁਸੀਂ ਜੀਮੇਲ ਦੇਣਾ ਜੀਮੇਲ ਤੇ ਜਿੰਨੇ ਨੰਬਰ ਸੇਫ ਨੂੰ ਸੈਫਟੀ ਲੈਂਡ ਦੇ ਜਾਂ ਗੂਗਲ ਵਿੱਚ ਕੋਈ ਫੋਟੋਆਂ ਪਈਆਂ ਉਹਦੇ ਨਾਲ ਤੁਹਾਨੂੰ ਬਲੈਕਮੇਲ ਕਰਨ ਦੇ ਸਿਰਫ ਬਲੈਕਮੇਲ ਕਰ ਸਕਦੇ ਹੋਰ ਕੁਝ ਨਹੀਂ ਤੁਹਾਨੂੰ ਕਾਫਰਾਂ ਤੁਹਾਨੂੰ ਜੇ ਕੁਝ ਹੁੰਦਾ ਹੈ ਕਰ ਇਨਾ ਕੋ ਬੰਦੇ ਰੱਖੇ ਹੁੰਦਣ ਉਹ ਮੁਲਕਾਂ ਲਾ ਮੈਂ ਖੁਦ ਨਾ ਕੋਲ 60 ਤੋਂ 70 ਹਜ਼ਾਰ ਰੁਪਏ ਲੋਨ ਲਿਆ ਚਾਰ ਪੰਜ ਆਪਾਂ ਕੋਲ ਉਹ ਲੈ ਕੇ ਮੈਂ ਕਹਿੰਦਾਂ ਕਿ ਦਿਓ ਵਾਪਸ ਮੈਂ ਕਹਿੰਦਾ ਲੈਣ ਦੇ ਲੈ ਲਓ ਫਾਇਦਾ ਚੁੱਕੋ ਯਾਰ ਸੂਤ ਖਾਰਨ ਸੂਤ ਯਾਰ ਦੇਖੋ ਜੇ ਪੂਰੋ ਪੂਰ ਲੈਣਾ ਚਲੋ ਸੋਪ ਜਾ ਲੈ ਲੈਣਾ ਮਤਲਬ ਇੱਕ ਇੱਕ ਦਿਨ ਦਾ ਹੈ 200 300 ਮਤਲਬ ਕਾਫੀ सूद ਖਾ ਰਹੇ ਹਨ ਮਤਲਬ ਗਰੀਬ ਲੋਕਾਂ ਨੇ ਉਹ ਵੀ ਵਾਮ ਦੇਖੀ ਹੈ ਮੇਰੀ ਮਾਵਾ ਪੈਣਾ ਨੇ ਉਹਨਾਂ ਨੇ ਮਤਲਬ ਮਜਬੂਰੀ ਪੈਣਾ ਕੋ लोन ਲਿਆ ਲੈ ਕੇ ਉਹਨਾਂ ਬਲੈਕਮੇਲ ਕਰਕੇ ਕੁਝ ਬੰਦੇ ਆਪਣੇ ਮਕਾਨ ਤੱਕ ਸੇਲ ਕੀਤਾ ਇਨਾ ਪਿੱਛੇ ਤੇ ਫਿਰ ਸਾਨ ਵਿੱਚ ਇਹਦਾ ਫਾਇਦਾ ਚੁੱਕੋ ਜੈਸੀ ਕਰਨੀ ਵੈਸੀ ਭਰਨੀ ਪੰਜਾਬੀ ਦੀ ਕਾਬ ਜਿਵੇਂ ਦਾ ਕਰੋ ਦੇ ਉਹਦਾ ਫਿਰ ਪਰੋ ਦੇ ਤੇ ਲਿਆਜ਼ਾ ਮੈਂ ਤੁਹਾਨੂੰ ਇਹ ਕਰਨਾ ਕਿ ਲੋਨ ਲਵੋ ਫਾਇਦਾ ਚੁੱਕੋ ਇਹ ਐਪ ਨੂੰ ਤੁਸੀਂ ਲੋਨ ਲੈ ਕੇ ਵਾਪਸ ਦੋ ਦਿਨੇ ਇਹਨਾਂ ਰਿਕਾਰਡ ਚ ਪੈਸੇ ਨਹੀਂ ਵਾਪਸ ਆਣਦੇ ਇਹ ਆਟੋਮੈਟਿਕ ਲੋਨ ਐਪ ਬੰਦ ਹੋ ਜਾੜੇ ਲੋਨ ਐਪ ਤੇ ਲਿਆਜ਼ਾ ਅਸਾਂ ਜਿਹੜਾ ਲੋਨ ਐਪ ਨੂੰ ਨਾ ਬੰਦ ਕਰਵਾਣ ਜੀ ਜੇ ਕੋਈ ਅੱਛੀ ਐਪ ਦਿੰਦੇ ਨੇ ਜੇ سود ਆਪਣਾ ਕੱਟ ਲੈਣਨ ਸ਼ਰਾ 1% ਲੈਂਦੇ ਨੇ ਤੇ ਵੀ 10% ਲੈ ਰਹੇ ਨੇ ਇਤਨੇ ਜ਼ਿਆਦਾ ਲੋਨ ਦੇ ਲੈ ਰਹੇ ਨੇ ਆਪਣਾ ਸੂਤ ਖਾ ਰਹੇ ਨੇ ਤੇ ਅਸਾਂ ਬੰਦ ਕਰਵਾ ਕੇ ਰਹਿਣਾ ਤੇ ਬਾਕੀ ਜੁੜੇ ਰਹਿਣਾ ਨਾਲ ਹੋ ਸਕਤੇ ਸਬਸਕ੍ਰਾਈਬ ਉਹਨੇ ਕੋਈ ਲੋੜ ਤੁਹਾਡੀ ਮਦਦ ਕਰਨਾ ਚੰਗਾ ਹੈ